ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਾਂਜੀ ਪੰਜਾਬ ਤੇ ਮੈਂ ਹਾਂ ਸੁਰਵੀਨ ਕੌਰ ਲੈ ਕੇ ਹਾਜ਼ਰ ਆ ਦਿਨ ਦੀਆਂ ਕੁਝ ਖਾਸ ਖਬਰਾਂ ਸੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦਾ ਕੈਨੇਡਾ ਦੇ ਵਿੱਚ ਬਣਿਆ ਪੰਜਾਬ ਜਿਹਾ ਮਾਹੌਲ ਕੱਢਿਆ ਗਿਆ ਸ਼ਹੀਦੀ ਨਗਰ ਕੀਰਤਨ जी हाँ तुम दस दिए कि कनेडा ਦੇ ਵਿੱਚ ਪੰਜਾਬ ਜਿਹਾ ਮਾਹੌਲ ਬਣਿਆ ਹੋਇਆ ਜਾਪ ਰਿਹਾ ਹੈ ਜਿੱਥੇ ਹਰ ਪਾਸੇ ਜਿਹੜਾ ਸ਼ਹੀਦੀ ਨਗਰ ਕੀਰਤਨ ਕੱਢੇ ਜਾ ਰਹੇ ਨੇ ਦੱਸ ਦਿਏ ਕਿ ਕੈਨੇਡਾ ਦੇ ਵਿੱਚ ਵੱਖ ਵੱਖ ਥਾਵਾਂ ਤੇ ਗੁਰੂ ਕੇ ਲੰਗਰ ਵੀ ਲਗਾਏ ਗਏ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਤੇ ਸਾਡੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਸੋ ਕੈਨੇਡਾ ਦੇ ਵਿੱਚ ਇੱਕ ਮਿੰਨੀ ਪੰਜਾਬ ਕਹਿੰਦੇ ਨੇ ਵਸਦਾ ਹੈ ਸੋ ਮਿੰਨੀ ਪੰਜਾਬ ਦੇ ਲੋਕ ਇਕੱਠੇ ਹੋ ਕੇ ਉੱਥੇ ਨਗਰ ਕੀਰਤਨ ਜਿਹੜਾ ਹੈ ਉਹਨਾਂ ਦੇ ਵੱਲੋਂ ਮਨਾਇਆ ਜਾ ਰਿਹਾ ਹਰ ਪਾਸੇ ਲੰਗਰ ਦਿਖਾਈ ਦੇ ਰਿਹਾ ਆਈਸਕ੍ਰੀਮ ਪਕੌੜੇ ਅਤੇ ਜਿਹੜਾ ਛਬੀਲ ਦੇ ਲੰਗਰ ਜਿਹੜੇ ਨੇ ਲਗਾਏ ਗਏ ਨੇ ਛਬੀਲ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਮੇਸ਼ਾ ਹੀ ਲਗਾਈ ਜਾਂਦੀ ਹੈ ਅਕਸਰ ਹੀ ਗਰਮੀਆਂ ਦੇ ਵਿੱਚ ਸਾਡੇ ਸ਼ਹੀਦ ਗੁਰੂਆਂ ਨੂੰ ਸਮਰਪਿਤ ਜਿਹੜੇ ਨੇ ਲੰਗਰ ਲਗਾਏ ਜਾਂਦੇ ਨੇ ਸੋ ਅਜਿਹਾ ਹੀ ਹੁਣ ਕੈਨੇਡਾ ਦੇ ਵਿੱਚ ਵੀ ਨਜ਼ਰ ਆ ਰਿਹਾ ਜਿਹੜੇ ਲੋਕਾਂ ਨੇ ਜਿਹੜੇ ਪੰਜਾਬੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੇ ਦੱਸਿਆ ਕਿ ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿਉਂਕਿ ਸਾਡੇ ਸੱਭਿਆਚਾਰ ਨੂੰ ਸਾਡੇ ਸਿੱਖੀ ਕਲਚਰ ਨੂੰ ਇੱਥੇ ਵੀ ਪ੍ਰਮੋਟ ਕੀਤਾ ਜਾ ਰਿਹਾ ਸੋ ਵੱਖ ਵੱਖ ਖੇਤਰਾਂ ਦੇ ਲੋਕ ਪੰਜਾਬੀ ਹੀ ਨੇ ਪਰ ਵੱਖ ਵੱਖ ਮਾਲਵਾ ਦੁਆਬਾ ਸਾਰੇ ਲੋਕ ਇੱਕੋ ਧਰਤੀ ਦੇ ਉੱਤੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਵਜੋਂ ਸ਼ਮੂਲੀਅਤ ਕਰ ਰਹੇ ਨੇ ਜਲੰਧਰ ਦੇ ਇੱਕ ਨਿੱਜੀ ਵਪਾਰੀ ਨੂੰ ਮਿਲੀ ਧਮਕੀ ਜੀ ਹਾਂ ਇੱਕ ਕਾਰੋਬਾਰੀ ਨੂੰ ਵਧੀਆ ਕਾਰੋਬਾਰੀ ਨੂੰ ਧਮਕੀ ਮਿਲੀ ਹੈ ਨਰਿੰਦਰ ਸੱਗੋ ਕਾਰੋਬਾਰੀ ਦਾ ਨਾਮ ਦੱਸਿਆ ਜਾ ਰਿਹਾ ਦੱਸਿਆ ਜਾਂਦਾ ਹੈ ਕਿ ਇੱਕ ਅਨਨੋਨ ਫੋਨ ਕਾਲ ਤੋਂ ਆਉਂਦਾ ਹੈ ਇੱਕ ਅਨਨੋਨ ਵਿਅਕਤੀ ਵੱਲੋਂ ਫੋਨ ਆਉਂਦਾ ਹੈ ਤੇ ਫੋਨ ਦੇ ਉੱਤੇ ਜਿਹੜਾ ਹੈ ਧਮਕੀ ਦਿੱਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ 5 ਕਰੋੜ ਰੁਪਇਆ ਉਸਦੇ ਖਾਤੇ ਦੇ ਵਿੱਚ ਪਾਇਆ ਜਾਵੇ ਨਹੀਂ ਤਾਂ ਚੰਗਾ ਨਹੀਂ ਹੋਏਗਾ ਦੱਸ ਦਈਏ ਕਿ ਨਰਿੰਦਰ ਸੱਗੂ ਜਲੰਧਰ ਦਾ ਇੱਕ ਮੰਨਿਆ ਪ੍ਰਮੰਨਿਆ ਕਾਰੋਬਾਰੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਅਮੀਰ ਹੈ ਪਰ ਮਿਹਨਤ ਕਰਕੇ ਹਰ ਕੋਈ ਕਮਾਈਆਂ ਕਰਦਾ ਜਿਸ ਤੋਂ ਬਾਅਦ ਜਦੋਂ ਹੀ ਧਮਕੀ ਮਿਲਦੀ ਹੈ ਅਣਪਛਾਤੇ ਵਿਅਕਤੀ ਦੇ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲਦੀ ਹੈ ਤਾਂ ਨਰਿੰਦਰ ਸੱਗੂ ਦੇ ਵੱਲੋਂ ਪੁਲਿਸ ਦੇ ਕੋਲ ਇਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਸਾਈਬਰ ਕ੍ਰਾਈਮ ਟੀਮ ਜਿਹੜੀ ਹੈ ਬਿਠਾ ਦਿੱਤੀ ਗਈ ਤੇ ਸਾਈਬਰ ਕ੍ਰਾਈਮ ਜਿਹੜਾ ਪੂਰੀ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਵਿਅਕਤੀ ਕੌਣ ਹੈ ਕਿਸ ਦੇ ਵੱਲੋਂ ਫਿਰੌਤੀ ਮੰਗੀ ਗਈ ਹੈ ਦੱਸ ਦਈਏ ਕਿ ਫਿਰੌਤੀ 5 ਕਰੋੜ ਦੀ ਰਕਮ ਦੀ ਮੰਗੀ ਗਈ ਹੈ ਖਸਖਸ ਦੀ ਖੇਤੀ ਨੂੰ ਲੈ ਕੇ ਕਿਸਾਨ ਉਤਰੇ ਸੜਕਾਂ ਦੇ ਉੱਤੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਖਸਖਸ ਦੀ ਖੇਤੀ ਦੀ ਮੰਗ ਕਰ ਰਹੇ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਤੇ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਕਿ ਖਸਖਸ ਦੀ ਖੇਤੀ ਕਰਨ ਦੀ ਜਿਹੜੀ ਹੈ ਅਨੁਮਤੀ ਦਿੱਤੀ ਜਾਵੇ ਦੱਸ ਦਈਏ ਕਿ ਪਟਿਆਲਾ ਦੀ ਜੇਕਰ ਗੱਲ ਕਰੀਏ ਤਾਂ ਪਟਿਆਲਾ ਦੇ ਤਰੇੜੀ ਜੱਟਾ ਪਿੰਡ ਦੇ ਜਿਹੜੇ ਟੋਲ ਹੈ ਉੱਥੇ ਇਹ ਧਰਨਾ ਜਿਹੜਾ ਹੈ ਲਗਾਇਆ ਗਿਆ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਖਸਖਸ ਦੀ ਖੇਤੀ ਦੇ ਲਈ ਅਨੁਮਤੀ ਦਿੱਤੀ ਜਾਏ ਦੱਸ ਦਈਏ ਕਿ 1 ਜੂਨ ਤੋਂ ਇਹ ਧਰਨਾ ਜਿਹੜਾ ਹੈ ਜਾਰੀ ਕੀਤਾ ਗਿਆ ਸੀ ਜੋ ਕਿ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਵੱਲੋਂ ਲਗਾਇਆ ਗਿਆ ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਖਸਖਸ ਦੀ ਖੇਤੀ ਦੀ ਪਰਮਿਸ਼ਨ ਜਿਹੜੀ ਹੈ ਸਰਕਾਰ ਨੂੰ ਦਿੱਤੀ ਜਾਵੇ ਜਿੱਥੇ ਲੋਕ ਜ਼ਹਿਰੀਲੇ ਨਸ਼ੇ ਕਰਕੇ ਟੀਕੇ ਲਗਾ ਕੇ ਟੀਕਿਆਂ ਦੇ ਆਦੀ ਹੁੰਦੇ ਨੇ ਦਾਰੂ ਦੇ ਆਦੀ ਹੁੰਦੇ ਨੇ ਗੰਦੇ ਗੰਦੇ ਨਸ਼ੇ ਕਰਦੇ ਨੇ ਹੈਰੋਇਨ ਜਿਹੀ ਨਸ਼ੇ ਕਰਦੇ ਨੇ ਉੱਥੇ ਹੀ ਖਸਖਸ ਦੀ ਖੇਤੀ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਇੰਨਾ ਖਤਰਨਾਕ ਨਸ਼ਿਆਂ ਤੋਂ ਬਚਾਵੇਗੀ